की जमी हुई मांग दोनों हाथ से खड़े करके एक जड़ी अपनी फोटो है, एक पाना जानी है, दिया भी जानी है। खासकर खेती समय खासकर खेती लागू करो। अजय ताजे सामने जितनी तरी जानकारी ने चार खड़े हैं कि आप साथियों ने दादा अपना बई जी असी यह खासकर की खेती की रैली इस करके की है भी साडा हक अफीम डोडे पंजाब दे विच लागू करवाउणा साडा हक। अज मारू नशा कारण पंजाबियों के घरे भइयां दे तां जवाक जम्मण लग गए, ये तो बद साडी पंजाब लई की बदकिस्मती हो सकती है। तुसीं देखो रोज लुट्टा खोआ तलाकां की गिणती दिनों दिन ही पंजाब दे विच वधी जा रही है, तो पंजाब नशे की तो मौत की मंडी बनिया होया वा। जब पंजाब दे विच 80% पंजाब दे लीडर फीम डोडे खांदे ने, जे कोई होर इन्होंने जीवते रखने वाली गोली ते लाया होया। हुण राजा बड़ेंगा कौं दे सर जिनी फीम खांदा वा, सुखबीर बादल उप मुख्यमंत्री बन गया ते बड़े बड़े लीडर फीम खांदे ने, 80% पंजाब दे लीडर फीम खांदे ने। ते असीं कहने आ जिवें राजस्थान दे विच 19,000 बंदियां दे डोडियां दे कार्ड बने होए ने, ते फिर पंजाबियां दे क्यों नहीं डोडियां दे कार्ड बन सकदे हैगे। असीं कहने आ भी पंजाब दे विच भी डोडियां दे कार्ड बन, जेकर चिट्टे दा लक तोड़ना, जे लुट्टा खोहां घटाउणियां ने, जे तलाकां दी गिणती ते रोक लाउणी आ, तां पंजाब दे विच जो सानूं विरासत दे विच दलेरी मिली, विरासत दे विच सानू जज्बा मिलिया, विरासत दे विच सानू कुर्बानियां करनियां मिलियां, ते सानू विरासत दे विच अफीम डोडे मिले ने। असी कोई जिहड़ा पंजाब आ उह बंगलादेश दा हिस्सा वा, जिहड़ा पंजाब आ कोई पाकिस्तान दा हिस्सा वा। जदों भारत दीआं होर स्टेटां दे विच ठेके भी खुले होए ने, खेती भी हुंदी आ, ते साडा अधिकार आ खसखस दी खेती। असीं तां कहिंदे आ वी खसखस दी खेती समें दी मंग, समैक गोलियां चिट्टा बंद। जां तां इह 80% लीडरां दे वी भगवंत मान डाउट ऐस करवावे, ਉਹ ਵਿਧਾਨ ਸਭਾ 'ਚ ਵੀ ਬੋਲਦੇ ਨੇ ਅਤੇ ਲੋਕ ਸਭਾ ਦੇ ਵਿੱਚ ਵੀ ਬੋਲਦੇ ਨੇ। ਜੇ ਸਾਡਾ ਕੋਈ ਵੀਰ ਅਫੀਮ ਡੋਡੇ ਖਾਵੇ ਤਾਂ ਉਹਨੂੰ ਅਮਲੀ ਕਹਿਣ ਲੱਗ ਜਾਂਦੇ ਨੇ, ਵੱਡਿਆਂ ਲਈ ਇਹ ਸ਼ੌਕ ਹੋ ਗਿਆ। ਇਹਦੇ ਕਰਕੇ ਬਾਈ ਜੀ ਸੰਵਿਧਾਨ ਸਾਰਿਆਂ ਲਈ ਇੱਕ ਬਰਾਬਰ ਹੁੰਦਾ। ਅਸੀਂ ਸੰਵਿਧਾਨ ਦੇ ਦਾਇਰੇ ਵਿੱਚ ਕਹਿੰਦੇ ਹਾਂ ਵੀ ਪੰਜਾਬ ਦੇ ਵਿੱਚ ਜੇਕਰ ਚਿੱਟੇ ਦਾ ਲੱਕ ਤੋੜਨਾ ਵਾ, ਲੁੱਟਾ ਖੋਆ ਘਟਾਉਣੀਆਂ ਨੇ, ਬੇਬੀ ਟਿਊਬ ਸੈਂਟਰ ਨੂੰ ਠੱਲ ਪਾਉਣੀ ਆ, ਤਾਂ ਪੰਜਾਬ ਦੇ ਵਿੱਚ ਅਫੀਮ ਡੋਡੇ ਬਹੁਤ ਜ਼ਰੂਰੀ ਨੇ ਬਾਈ ਜੀ। ਸਾਡਾ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ ਹੋ ਜੂਗਾ। ਅਤੇ ਜਿਹੜਾ ਨਸ਼ਾ ਵਿਰੋਧੀ ਕਾਨੂੰਨ ਆ, NDCP ਐਕਟ ਆ, ਜਿਹਦੇ ਵਿੱਚ ਜਿਹੜੇ 50 ਲੱਖ ਦੇ ਕਰੀਬ ਬੰਦਾ ਅਫੀਮ ਡੋਡੇ ਖਾਂਦਾ, ਉਹ ਅਪਰਾਧੀਆਂ ਦੀ ਸ਼੍ਰੇਣੀ ਦੇ ਵਿੱਚ ਆਉਂਦਾ। ਵੀ ਕਿਉਂਕਿ ਪਾਈਆ ਡੋਡੇ ਘਰੇ ਰੱਖਣਾ NDCP ਐਕਟ ਦੇ ਅਧੀਨ ਇੱਕ ਅਪਰਾਧ ਆ। 12,800 ਪਿੰਡਾਂ 'ਚ ਮੈਨੂੰ ਇੱਕ ਪਿੰਡ ਦਿਖਾ ਦਿਓ ਜਿੱਥੇ 20-50-100 ਘਰਾਂ ਦੇ ਵਿੱਚ ਪਾਈਆ 1/2 ਕਿਲੋ ਡੋਡੇ ਨਹੀਂ ਪਏ ਹੈਗੇ। ਕਿਉਂ ਨਹੀਂ ਭਗਵੰਤ ਮਾਨ ਇਹਨਾਂ ਨੂੰ ਕਾਨੂੰਨ ਦੇ ਦਾਇਰੇ ਦੇ ਵਿੱਚ ਲੈ ਕੇ ਆਉਂਦਾ? ਤੁਸੀਂ ਦੇਖੋ 6 ਲੱਖ ਰੁਪਏ ਕਿਲੋ ਪੰਜਾਬ ਦੇ ਵਿੱਚ ਡੋਡੇ ਵਿਕ ਰਹੇ ਨੇ, ਇਹੀ ਡੋਡਿਆਂ ਦੇ ਕਾਰਡ ਬਣਾਵੇ ਅਤੇ ਜਿਹੜੀ ਹਜ਼ਾਰਾਂ ਸਾਡਾ 1,60,000 ਕਰੋੜ ਦਾ ਬਜਟ ਆ ਪੰਜਾਬ ਦਾ, ਉਹ ਤਾਂ 1 ਸਾਲ 'ਚ ਇਹਨਾਂ ਦਾ ਦੁੱਗਣਾ ਹੋ ਜੂ ਬਜਟ। ਨਹੀਂ, ਇਹੀ ਪੈਸਾ 1985 ਦਾ ਜਦੋਂ ਦਾ ਨਸ਼ਾ ਵਿਰੋਧੀ ਕਾਨੂੰਨ ਲੱਗਿਆ, 37 ਸਾਲਾਂ ਤੋਂ ਜਾਂ ਮਾਫੀਆ ਖਾ ਰਿਹਾ ਜਾਂ ਬਾਹਰਲੇ ਸੂਬਿਆਂ ਨੂੰ ਜਾ ਰਿਹਾ। ਬਸ ਕਹਿਣਾ ਆਹੀ ਹੈ ਵੀ ਰੋਜ਼ ਮਰਦੇ ਆ ਪੁੱਤ, ਬਾਹਾਂ ਲਾ ਸਰਿੰਜਾਂ ਲੱਗੀਆਂ ਹੁੰਦੀਆਂ, ਰੋਜ਼ਾਨਾ 10-11 ਮੁੰਡੇ ਮਰਦੇ ਆ। ਹਜੇ ਵੀ ਕਿਸੇ ਨੇ ਉਪਰਾਲਾ ਨਹੀਂ ਕੀਤਾ ਸੀ, ਪਰ ਅੱਜ ਮੈਂ ਸਲੂਟ ਕਰਦਾ ਪੂਰੇ ਪੰਜਾਬ 'ਚੋਂ ਯੋਧੇ ਆਏ ਹੈ, ਔਰ ਇੰਨਾ ਵਧੀਆ ਗਿਣਤੀ 'ਚ ਮਾਵਾਂ ਭੈਣਾਂ ਨੇ, ਇੱਕ ਪਾਸੇ ਜਿੰਨੇ ਮਰਦ ਸੀ ਉਨੀਆਂ ਨਾਲ ਲੇਡੀਜ਼ ਸੀਗੀਆਂ। ਇਹਨਾਂ ਨੂੰ ਸਮਝ ਆ ਗਈ ਵੀ ਸਾਡੇ ਬੱਚੇ ਕਿਸੇ ਸਰਕਾਰ ਨੇ, ਕਿਸੇ ਗੋਲੀ ਨੇ, ਕਿਸੇ ਕੁੱਟਮਾਰ ਨੇ, ਕਿਸੇ ਕਮੇਟੀ ਨੇ ਜਾਂ ਕਿਸੇ ਹੋਰ ਪੁਲਿਸ ਨੇ ਨਹੀਂ ਬਚਾਉਣੇ, ਜੇ ਬਚਾਉਣੇ ਆ ਤਾਂ ਖਾਸ ਖਾਸ ਖੇਤੀ ਨੇ ਕਰਾਉਣੇ ਆ। ਉਸ ਵਾਸਤੇ ਅਸੀਂ ਲੰਮੀ ਲੜਾਈ ਪੰਜਾਬ 'ਚ ਲੜੀ, ਅੱਜ ਇੱਕ ਪੂਰੇ ਪੰਜਾਬ 'ਚ ਉਹਦਾ ਬਹੁਤ ਵੱਡਾ ਸਿਸਟਮ ਬਣ ਗਿਆ। ਸਰਕਾਰਾਂ ਇਸ ਤੋਂ ਘਬਰਾ ਗਈਆਂ, ਸਾਡੇ ਬਰਾਬਰ 2 ਰੈਲੀਆਂ ਰੱਖਤੀਆਂ, ਸਾਡੇ ਬੰਦੇ ਬੱਸਾਂ ਨਹੀਂ ਮਿਲੀਆਂ ਸਾਡੇ ਮੁੰਡਿਆਂ ਨੂੰ ਪੰਜਾਬ 'ਚ ਆਉਣ ਵਾਸਤੇ, ਔਰ ਸਰਕਾਰਾਂ ਦਾ ਡਰ ਦੱਸਦਾ ਵੀ ਇਹ ਲਹਿਰ ਜਿੱਤ ਦੇ ਨੇੜੇ ਆ। ਬਿਲਕੁਲ, ਅਸੀਂ ਸਰਕਾਰ ਦੇ ਨਾਲ ਸਹਿਯੋਗ ਦਿੱਤਾ ਪੂਰੇ ਪੰਜਾਬ 'ਚ, ਪਰ ਇਸ ਗੱਲ ਨੂੰ ਲੈ ਕੇ ਵੀ ਸਾਡੀ ਖੇਤੀ ਲਾਗੂ ਕਰਾਉਣਗੇ, ਜੇ ਅੱਜ ਲਾਗੂ ਨਹੀਂ ਕਰਾਉਂਦੇ ਤਾਂ ਫਿਰ ਸਾਡਾ ਸਹਿਯੋਗ ਕਾਹਦਾ ਜੀ। ਅਸੀਂ ਖੁਸ਼ ਹਾਂ ਨਾਲ ਇਸ ਗੱਲ 'ਚੋਂ ਨਹੀਂ ਗੱਲ, ਪਰ ਜੇ ਜਿਹੜਾ ਕੋਈ ਖੇਤੀ ਵਿਰੋਧ ਕਰਦਾ ਆ, ਫਿਰ ਭਲਾ ਕੋਈ ਵੀ ਹੋਵੇ, ਫਿਰ ਅਸੀਂ ਉਹਦਾ ਵਿਰੋਧ ਕਰਾਂਗੇ ਜੀ। ਬਾਈ ਜੀ, ਫਾਇਦੇ ਤਾਂ ਇੰਨੇ ਆ, ਅੱਜ ਦੁਕਾਨਦਾਰ ਵੀ ਇੰਨੇ ਡਰੇ ਹੋਏ ਆ, ਕੋਈ 4 ਬੰਦੇ ਗਾਹਕ ਆਉਂਦੇ ਆ ਨਾ, ਉਹ ਕਹਿੰਦੇ ਕਿ ਸਾਨੂੰ ਐਂ ਲੱਗਦਾ ਵੀ ਕਿਤੇ ਅਸਲਾ ਕੱਢ ਕੇ ਐਂ ਨਾ ਕਹਿਣ, ਕਿਉਂਕਿ ਰੋਜ਼ਾਨਾ ਵੀਡੀਓ ਆਉਂਦੀਆਂ ਉਹ ਚਿੱਟੇ ਵਾਲੇ ਵੀਰ ਜਿਹੜੇ ਰੋਜ਼ ਅਸਲਾ ਲੈ ਕੇ ਦੁਕਾਨਾਂ ਲੁੱਟਦੇ ਆ। ਕ੍ਰਾਈਮ ਖਤਮ ਹੋਊਗਾ, ਵਾਲੀਆਂ ਲੈਣੀਆਂ ਖਤਮ, ਮੋਟਰਾਂ ਪੱਟੀਆਂ ਜਾਣੀਆਂ, ਮੋਟਰਸਾਈਕਲਾਂ ਚੋਰੀ ਹੋਣੀਆਂ, ਇੱਥੋਂ ਤੱਕ ਕਿ ਰੋਜ਼ ਜਿਹੜੇ ਸਿਵੇ ਜਾਂਦੇ ਆ ਨਾ, ਸਿਹਰੇ ਬੰਨ ਬੰਨ ਕੇ ਮਾਮਾ ਤੋੜਦਿਆਂ ਸਿਵਿਆਂ 'ਚ, ਉਹ ਸਾਰੇ ਬੰਦ ਹੋਣਗੇ ਔਰ ਸਿਰਫ ਖੇਤੀ ਕਰੂਗੀ। ਕੈਪਟਨ ਕਹਿੰਦਾ ਮੈਂ ਗੁਟਕਾ ਸਾਹਿਬ ਦੀ ਸੌਂ ਖਾਂਦਾ, ਕੇਜਰੀਵਾਲ ਕਹਿੰਦਾ ਮੈਂ ਮਹੀਨੇ 'ਚ ਕੱਢੂੰਗਾ, ਪਰ ਇੰਨਾ ਜ਼ੋਰ ਲਾ ਕੇ ਵੇਖ ਲਿਆ ਨਹੀਂ ਨਿਕਲਿਆ। 1 ਸਾਲ ਟ੍ਰਾਇਲ ਦਿਓ ਤਾਂ ਇਹ ਰੈਲੀ ਕੀਤੀ, ਜੇ ਤੁਹਾਨੂੰ ਚੋਰੀਆਂ ਲੁੱਟਾਂ ਖੋਹਾਂ ਮੌਤਾਂ ਆ ਮਰਦੇ ਪੁੱਤ ਬੰਦ ਨਾ ਹੋ ਜਾਣ ਤਾਂ ਚੌਂਕ 'ਚ ਗੋਲੀ ਮਰਾਲੂੰਗਾ, ਇੰਨੀ ਸੰਗਤ ਅੱਗੇ ਕਹਿੰਦਾ ਜੀ। ਅਪੀਲ ਤਾਂ ਆਹੀ ਹੈ ਬਾਈ ਜੀ ਵੀ ਇੰਨੀ ਧੁੱਪ 'ਚ, ਇੰਨੀ ਗਰਮੀ 'ਚ ਅੱਜ ਇੰਨੇ ਲੋਕ ਬੈਠੇ ਆ ਨਾ, ਸਾਨੂੰ ਤਾਂ ਇਹਨਾਂ ਨੇ ਮੁੱਲ ਲੈ ਲਿਆ ਬਾਈ ਜੀ, ਠੀਕ ਹੈ। ਅਪੀਲ ਆਹੀ ਹੈ ਵੀ ਸਰਕਾਰ ਜੇ ਲੋਕਾਂ ਦਾ ਸੋਚਦੀ ਹੈ ਤਾਂ 1 ਸਾਲ ਟ੍ਰਾਇਲ ਦੇ ਦੇ,
जे थोनू क्राइम ना कटे चार फड़ ले चार छड़ते जे आह सिस्टम अग ना खत्म हो पंजाब चो तो असी यह लहर तो छड़ी छड़ी जो भी सानू सरकार कोई फांसी भी लाऊगी लैन तैयार है एक साल ट्रायल दे दो पंजाब बजदा विखा दूंगा रंगला पंजाब तो बिना होना नहीं सारे मुंडे चिट्टा भल भल कमले पे हैं।